ਇਹ ਕੈਮਰਾ ਚੱਲਦਾ ਪਿਆ ਉਹ ਸਿਰਫ ਇਹ ਹੀ ਸੁਣਾਉਣ ਆਇਆ ਸੀ ਹੋਰ ਕੀ ਸੁਣਾਇਆ ਕੀ ਕੀਤਾ ਪੂਰੇ ਮੁਲਕ ਚ ਸਿਰਫ ਇਹ ਚੀਜ਼ਾਂ ਹਲਾਈਆਂ ਨੇ ਤੇ ਘਰ ਨੂੰ ਤੁਰ ਕੇ ਲੈ ਬੱਲਾ ਬੱਲਾ ਲਈ ਫਿਰਦੇ ਭੈਣ ਸੁਣਦੇ ਪਏ ਮੋਠ ਲੈਣੀ ਸੀ ਨਾ ਪਤਾ ਨਹੀਂ ਪਹਿਲਾਂ ਦੇ ਕੁੱਤਿਆ ਕੁੱਤਿਆ ਹੋਣ ਲਈ ਤੇ ਇਹ ਨੂਨ ਲੀਗ ਦੀ ਵਜ੍ਹਾ ਨਾਲ ਇਹ ਸਾਡੇ ਤੇ ਅੱਲਾ ਦੀ ਰਹਿਮਤ ਕੀਤੀ ਜੇ ਅਗਰ ਨੂਨ ਲੀਗ ਵਾਲੇ ਨਹੀਂ ਬਣਾਉਂਦੇ ਤੇ ਫੜ ਫੜ ਕੇ ਕਰਾ ਲੋ ਹਾਂ ਇਹ ਜਿਹੜਾ ਹੁਣ ਮੈਂ ਮੋਟਰਸਾਈਕਲ ਤੇ ਬੈਠਾ ਨਾ ਤੇ ਮੋਟਰਸਾਈਕਲ ਮੋਢੇ ਦਿੰਦੀ ਅਸੀਂ ਤੁਰੇ ਜਾਂਦੇ ਇਹ ਨੂਨ ਲੀਗ ਨੂਨ ਲੀਗ ਨਸ਼ੀਨ ਬੀਬੀ ਦੀ ਮਿਹਰਬਾਨੀ ਕੋਈ ਨਮਾਜ਼ੀ ਨਹੀਂ ਲੰਘਦਾ ਕੋਈ ਬੰਦਾ ਉਪਰਾਂ ਜੇ ਕੋਈ ਲੰਘਦਾ ਹੈ ਨਾ ਤੇ ਬੜੀ ਬੜੀ ਲੰਮੀ ਗਾਲ ਕੱਢਦਾ ਹੈ ਕਿਆ ਪਿੰਡ ਕਿਵੇਂ ਦਾ ਯਾਰ ਇੱਥੇ ਕੋਈ ਐਮ ਐਲ ਏ ਕੋਈ ਨਹੀਂ ਕਿਉਂਕਿ ਸਾਡੇ ਸ਼ੇਰ ਭੱਜੇ ਸਨ ਤੇ ਅੱਲਾ ਦਾ ਸ਼ੁਕਰ ਆ ਗਏ ਨੇ ਤੇ ਸਾਡੀ ਕੋਈ ਜ਼ਿੰਦਗੀ ਬਣ ਗਈ ਹੁਣ ਨਹੀਂ ਤੇ ਹਕੂਮਤ ਜਿਹੜੀ ਹੈ ਇਥੋਂ ਹਮੇਸ਼ਾ ਜਿਹੜਾ ਹੈ ਸਿਲੈਕਟ ਤੇ ਨੂਨ ਲੀਗ ਹੀ ਹੋਈ ਹੈ ਬਾਜੀ 35 ਸਾਲ ਤੋਂ ਵੋਟ ਦੇ ਰਹੇ ਆ ਤੇ ਫਿਰ ਵੀ ਕੰਮ ਨਹੀਂ ਕਰਾਏ ਉਹਨਾਂ ਫਿਰ ਵੀ ਪਹਿਲੇ ਕੰਮ ਨਹੀਂ ਕਰਾਏ ਗਏ ਹੁਣ ਨਹੀਂ ਤੇ ਯਕੀਨ ਕਰੋ ਜਨਾਜ਼ੇ ਪਿੰਡ ਦੇ ਵਿੱਚੋਂ ਵਲ ਵਲ ਕੇ ਖੜਦੇ ਰਹੇ ਆ ਇਥੋਂ ਦੀ ਲੰਘਦਾ ਹੀ ਨਹੀਂ ਹੁਣ ਅੱਲਾ ਦਾ ਸ਼ੁਕਰ ਹੈ ਇੰਨਾ ਕੋਈ ਟੋਟਾ ਬਣਿਆ ਸਾਡੇ ਜਨਾਜ਼ੇ ਤੇ ਸਿੱਧੇ ਜਾਣਗੇ ਨਾ ਹਾਂਜੀ ਕਬਰਸਤਾਨ ਚ ਤੇ ਦੁਆ ਕਿਨੂੰ ਦਿਓਗੇ ਦੀ ਦੁਆ ਦੇਾਂਗੇ ਸ਼ਾਮਾਂ ਨੂੰ ਬਗੈਰਤ ਕਿਉਂਕਿ ਸਾਡਾ ਰਾਜ ਉਹਨੇ ਬਣਾਇਆ ਬੋਲਦੇ ਹੋ ਭਾਜੀ ਮੌਕਾ ਹੀ ਹੁਣ ਮਿਲਿਆ ਕੱਲ ਇਹ ਰਾਜ ਸਿਆਸੀ ਭਾਜਾਂ ਨੇ ਤੁਸੀਂ ਭਾਜੋ ਗੱਲ ਤੋਂ ਸਵਾਲ ਹੀ ਪੈਦਾ ਨਹੀਂ ਹੁੰਦਾ ਅਸੀਂ 40 ਸਾਲ ਤੋਂ ਪੱਕੇ ਅਸੀਂ ਇੰਡੀਆ ਚੋਂ ਆਏ ਆ ਮੁਸਲਮ ਲੀਗ ਦੇ ਪਿੱਛੇ ਛੱਡ ਛਡਾ ਕੇ 100-100 ਗਾਂ ਛੱਡ ਕੇ ਇੱਥੇ ਆਏ ਆ ਤੇ ਹੁਣ ਅਸੀਂ ਭਾਜਣ ਕਦੀ ਵੀ ਜਿੰਨਾ ਤੱਕ ਜਿਉਂਦੀ ਹੈ ਜਿੰਨਾ ਤੱਕ ਅਸੀਂ ਜਿਉਂਦੇ ਆ ਸਾਥ ਉਹਦਾ ਵਾਕੇ ਬਣਾ ਕੇ ਦੇ ਗਿਆ ਘਰ ਬੇ ਘਰ ਕਰ ਗਿਆ ਲੜਾਈ ਕਰਵਾ ਗਿਆ ਭੈਣ ਭਰਾਵਾਂ ਦੀ ਲੜਾਈ ਕਰਵਾ ਗਿਆ ਉਹ ਨਿਆ ਪਾਕਿਸਤਾਨ ਬਣਾ ਗਿਆ ਵਾਕਿਆ ਹੀ ਉਹਨੇ ਲੜਾਈ ਸਿਰਫ ਕਰਵਾਉਣੀ ਹੀ ਕਰਵਾ ਗਿਆ ਘਰ ਘਰ ਲੜਾਈਆਂ ਸ਼ੁਰੂ ਮਾਮੂ ਨਾਲ ਆਪਣੇ ਮਾਪਿਆਂ ਲੜਦਾ ਹੈ ਹਰ ਰਿਸ਼ਤੇਦਾਰ ਇੱਕ ਦੂਜੇ ਨਾਲ ਲੜਦਾ ਪਿਆ ਸਾਰੇ ਇੱਕ ਦੂਜੇ ਨਾਲ ਲੜਨ ਡੇ ਨੇ ਉਹ ਨਿਆ ਪਾਕਿਸਤਾਨ ਬਣਾਉਣ ਆਇਆ ਸਿਰਫ ਤੇ ਹੁਣ ਅੱਲਾ ਦੀ ਮਿਹਰਬਾਨੀ ਜੇਲ੍ਹ ਰਿਹਾ ਅੱਲਾ ਤਾਲਾ ਉਹਨੂੰ ਜੇਲ੍ਹ 'ਚ ਰੱਖੇ ਉੱਥੋਂ ਇੰਨਾ ਲੀਲਾ ਹੈ ਇੰਨਾ ਲੈ ਜੇਲ੍ਹ 'ਚ ਰੱਬ ਦੀ ਜ਼ਿੰਦਗੀ ਰੱਖੇ ਉਹਨੂੰ ਉਹਨੂੰ ਰੱਬ ਉੱਥੇ ਪੂਰੀਆਂ ਕਰਕੇ ਆ ਤੇ ਮਿੱਟੀ ਥੱਲੇ ਜ਼ਮੀਨ ਥੱਲੇ ਦਫ਼ਨ ਕਰ ਜਿਹਨਾਂ ਦਾ ਕੀ ਮੁਸਤਕਬਿਲ ਸਵਾਰਨਾ ਹੈ ਘਰ ਪਿਓ ਪੁੱਤਲਾ ਲਾਉਣਾ ਆਇਆ ਜੰਗਾ ਮੁਸਤਕਬਿਲ ਸਵਾਰਨਾ ਆਇਆ ਸੀ ਉਹ ਕਿਹੜਾ ਮੁਸਤਕਬਿਲ ਉਹਨੂੰ ਸਵਾਰਿਆ ਜੀ ਆਪਣੇ ਸਵਾਹ ਬਣਾਉਣਾ ਮੁਸਤਕਬਿਲ ਉਹਨੂੰ ਸਵਾਰਿਆ ਸੀ ਇਹ ਦੋ ਭਰਾ ਵਾ ਤੇ ਪਤਰੀ ਹਾੜੇ ਹਾੜੇ ਨਾਲ ਲੜ ਪਏ ਨੇ ਜੀ ਨਹੀਂ ਬੱਲਾ ਹੀ ਹੈ ਬੱਲਾ ਹੀ ਬੱਲਾ ਵਾ ਲੈ ਬੱਲਾ ਬੱਲਾ ਲਈ ਫਿਰਦੇ ਭੈਣ ਸੁਣਦੇ ਪਏ ਨਹੀਂ ਪਤਾ ਨਹੀਂ ਉਹ ਇੱਕ ਬੰਦੇ ਨੂੰ ਵੋਟ ਦਵੋ ਇਹ ਰੱਜ ਦੇ ਗਏ ਨੇ ਕਿ ਨਹੀਂ ਨੂਨ ਲੀਗ ਵਾਲੇ ਸ਼ੌਰ ਆ ਕੇ ਦਿੱਤਾ ਇਸ ਕੰਮ ਉਹ ਕਿਹੜਾ ਸ਼ੌਰ ਆਣ ਕੇ ਕੰਮ ਨਹੀਂ ਦਿੱਤਾ ਸਿਰਫ ਸ਼ੌਰ ਲੜਾਈ ਦਾ ਦਿੱਤਾ ਇਮਰਾਨ ਖਾਨ ਵੀ ਸਮਝ ਲਓ ਕੈਮਰਾ ਚੱਲਦਾ ਪਿਆ ਉਹ ਸਿਰਫ ਕੀਤਾ ਪੂਰੇ ਮੁਲਕ ਚ ਬੜਾ ਸਕੂਨ ਅੱਲਾ ਦਾ ਸ਼ੁਕਰ ਬੜਾ ਰੋਡ ਬਣ ਗਿਆ ਸਹੀ ਬੜਾ ਸਕੂਨ ਅੱਲਾ ਦਾ ਬੜਾ ਸ਼ੁਕਰ ਅਸੀਂ ਦੁਆਵਾਂ ਦਾਂਗੇ ਸ਼ਹੀਦਾਂ ਨੂੰ ਸ਼ੀਨ ਨੂੰ ਇਨਸ਼ਾਅੱਲਾ ਜੋ ਸਨਾਤਗੜ ਬਣੇਗਾ ਵੋਟ ਵੀ ਇਨਸ਼ਾਅੱਲਾ ਸ਼ਹੀਦਾਂ ਨੂੰ ਸ਼ੀਨ ਦਾ ਹੋਏਗਾ ਸ਼ਹੀਦਾਂ ਨੂੰ ਸ਼ੀਨ ਦੇ ਨਾਰੇ ਦਾਰੇ ਸ਼ਾਹ ਦੇ ਨਾਰੇ ਇਮਰਾਨ ਖਾਨ ਜਵਾਨ ਇਮਰਾਨ ਖਾਨ ਨਾਰੇ ਮਾਰਦੇ ਨੇ ਜਿਹੜੇ ਇਮਰਾਨ ਖਾਨ ਇਨਸ਼ਾਅੱਲਾ ਉੱਥੇ ਜੇਲ੍ਹ 'ਚ ਮਰ ਜਾਏਗਾ ਉੱਥੇ ਬਾਹਰ ਨਹੀਂ ਆਉਣ ਲੱਗਾ ਹੈ ਇਨਸ਼ਾਅੱਲਾ ਸਾਡੀ ਦੁਆ ਹੈ ਦਿੱਲੀ ਦੁਆ ਹੈ ਹੁਣ ਨਮਾਜ਼ ਪੜ੍ਹਨ ਚੱਲੇ ਹਾਂ ਨਮਾਜ਼ ਪੜ੍ਹ ਕੇ ਵੀ ਦੁਆ ਕਰਾਂਗੇ ਜੇਲ੍ਹ 'ਚ ਮਰ ਜਾਏਗਾ ਇਨਸ਼ਾਅੱਲਾ ਬਾਹਰ ਨਹੀਂ ਆਉਣ ਲੱਗਾ ਹੈ ਜੇਲ੍ਹ 'ਚੋਂ ਸਾਡੀ ਦੁਆ ਨਫ਼ਰਤ ਬੋਲੀ ਸ਼ਕਲ ਤੋਂ ਨਫ਼ਰਤ ਜਿਹੜਾ ਚਿਹਰਾ ਨਫ਼ਰਤ ਦੀ ਸ਼ਕਲ ਤੋਂ ਹੋ ਗਈ ਉਹਦੇ ਕੰਮਾਂ ਤੋਂ ਨਫ਼ਰਤ ਹੈ ਉਹਨੂੰ ਸਪੋਰਟ ਕਰਨ ਵਾਲਿਆਂ ਤੋਂ ਨਫ਼ਰਤ ਦੀ ਸ਼ਕਲ ਤੋਂ ਨਫ਼ਰਤ ਹੈ ਇਨਸ਼ਾਅੱਲਾ ਦਿੱਲੀ ਨੂਨ ਲੀਗ ਦੇ ਨਾਲ ਆ ਜੋ ਸ਼ਨਾਤੀ ਘੜ ਬਣੇਗਾ ਉਦੋਂ ਵੀ ਨੂਨ ਲੀਗ ਦੇ ਦਾਂਗੇ ਇਨਸ਼ਾਅੱਲਾ ਪੂਰੀ ਸਪੋਰਟ ਦਾਂਗੇ ਨੂਨ ਲੀਗ ਸਾਡਾ ਇੱਕ ਇਹ ਬੰਦਾ ਖਲੋਤਾ ਕੈਮਰਾ ਮਾਰੋ
ਕੈਮਰਾ ਇਹ ਬੰਦੇ ਦੀ ਵਜ੍ਹਾ ਨਾਲ ਨਸ਼ੀਨ ਤੱਕ ਜਾਣ ਵਾਸਤੇ ਹੈ ਇੱਕ ਆਸਮ ਮੈਂਬਰ ਹੈ ਸਾਡਾ ਭਰਾ ਲੱਗਦਾ ਉਹ ਵੀ ਨਸ਼ੀਨ ਕੋਲ ਗਿਆ ਬੀਬੀ ਕੋਲ ਤੇ ਉਹਨੇ ਆ ਸਾਡਾ ਪਿੰਡਾ ਕੱਟਿਆ ਮੈਡਮ ਦੀ ਵਜ੍ਹਾ ਨਾਲ ਇਹ ਰੋਡ ਬਣਿਆ ਉਹਨੇ ਉਤੋਂ ਪਤਾ ਨਹੀਂ ਕਿੱਥੋਂ ਕੀਤਾ ਕੰਮ ਵੋਟ ਜਿਹੜਾ ਸਾਡਾ ਜੇ ਤੁਹਾਨੂੰ ਦੱਸੀ ਅੱਗੇ ਵੀ ਜਿਹੜਾ ਮੈਡਮ ਨੂੰ ਵੋਟ ਨਾ ਦੇਗਾ